ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਹੈ, ਬੇਸਿਕ ਆਪਣੇ ਸਟਾਰਟ ਕੀਤੇ ਪਹਿਲਾਂ ਬੈਂਚ ਪ੍ਰੈਸ ਹੋ ਗਿਆ ਸਾਡਾ, ਅਤੇ ਉਸ ਤੋਂ ਬਾਅਦ ਸਕੁਐਟ ਹੋ ਗਿਆ। ਹੁਣ ਅੱਜ ਤੁਹਾਡੇ ਵਾਸਤੇ ਡੈਡ ਲਿਫਟ ਦੀ ਵੀਡੀਓ ਲੈ ਕੇ ਆਏ। ਡੈਡ ਲਿਫਟ ਕਿੰਨੇ ਤਰ੍ਹਾਂ ਦੀ ਡੈਡ ਲਿਫਟ ਆ? ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ, ਬਹੁਤ ਤੁਸੀਂ ਵੀਡੀਓਜ਼ ਦੇਖੀਆਂ ਹੋਣਗੀਆਂ, ਪਾਵਰ ਲਿਫਟਰਸ ਕਰਦੇ ਆ ਡੈਡ ਲਿਫਟ, ਜਿਮ ਡੈਡ ਲਿਫਟ ਵਿੱਚ ਇਦਾਂ ਬੋਡੀ ਨਹੀਂ ਬਿਲਡਰਸ ਸੋਚ ਕਰਦੇ ਰਹੇ ਆ ਕਿ ਉਹ ਡੈਡ ਲਿਫਟ ਸਹੀ ਹੈ ਜਾਂ ਮੈਂ ਗਲਤ ਲਾਉਣ ਡਿਆ, ਜਾਂ ਆਹ ਵਾਲੀ ਸਹੀ ਨਹੀਂ ਹੈਗੀ, ਉਹ ਵਾਲੀ ਸਹੀ ਹੈ। ਹਰ ਇੱਕ ਡੈਡ ਲਿਫਟ ਦਾ ਆਪਣਾ ਇੱਕ ਅਲੱਗ ਪਰਪਸ ਆ, ਉਹਦਾ ਅਲੱਗ ਮਤਲਬ ਆ, ਉਹ ਅਲੱਗ ਮਸਲ ਗਰੁੱਪ 'ਤੇ ਟਾਰਗੇਟ ਕਰਦੀ ਆ। ਜਾਂ ਕੁਛ ਪਾਵਰ ਲਿਫਟਰਸ ਆ, ਸੁਮੋ ਡੈਡ ਲਿਫਟ ਕਰਦੇ ਦੇਖੇ ਹੋਊਗੇ ਤੁਸੀਂ, ਪੈਰ ਵਾਈਡ ਕਰਕੇ, ਜਾਂ ਜਿਮ ਵਿੱਚ ਜਿਹੜੇ ਬਾਡੀ ਬਿਲਡਰਸ ਕਰਦੇ ਉਹ ਤੁਸੀਂ ਦੇਖੇ ਹੋਊਗੇ, ਕਨਵੈਨਸ਼ਨਲ ਡੈਡ ਲਿਫਟ ਕਰਦੇ ਸਿੱਧੀ ਬੈਕ ਕਰਕੇ, ਹੈ ਨਾ। ਅਤੇ ਕੁਛ ਲੈਗਸ ਵਾਸਤੇ ਵੀ ਡੈਡ ਲਿਫਟ ਹੈਗੀਆਂ। ਅਤੇ ਅੱਜ ਦਾ ਜਿਹੜਾ ਟੌਪਿਕ ਹੈਗਾ, ਅੱਜ ਦਾ ਲੈਸਨ ਹੈ ਜਿਹੜਾ, ਉਹ ਕਨਵੈਨਸ਼ਨਲ ਡੈਡ ਲਿਫਟ 'ਤੇ ਆ। ਅਤੇ ਕਨਵੈਨਸ਼ਨਲ ਡੈਡ ਲਿਫਟ ਦੇ ਫਾਇਦੇ ਕੀ ਆ, ਕਿਸ ਤਰ੍ਹਾਂ ਪਰਫੋਰਮ ਕਰਨੀ ਆ, ਕੀ ਇੰਜਰੀਜ਼ ਆ, ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ, ਉਹ ਮੈਂ ਅੱਜ ਤੁਹਾਨੂੰ ਇਸ ਵੀਡੀਓ ਵਿੱਚ ਸਮਝਾਊਂਗਾ। ਓਕੇ, ਅਤੇ ਡੈਡ ਲਿਫਟ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਕਨਵੈਨਸ਼ਨਲ ਡੈਡ ਲਿਫਟ ਦਾ ਗ੍ਰਿਪ ਕੀ ਹੋਣਾ ਚਾਹੀਦਾ। ਤੁਸੀਂ ਬਹੁਤ ਦੇਖੇ ਹੋਊਗੇ ਡੈਡ ਲਿਫਟ ਦਾ ਗ੍ਰਿਪ ਕਰਦੇ ਆ, ਨਵੇਂ ਮੁੰਡੇ ਜਾਂ ਪ੍ਰੋਫੈਸ਼ਨਲ ਵੀ ਇਸ ਤਰ੍ਹਾਂ ਕਰਦੇ ਨਾ, ਕ੍ਰੋਸ ਅੰਦਰ ਨੂੰ ਇੱਕ ਬਾਹਰ ਨੂੰ, ਹੈ ਨਾ, ਦੋਨੋਂ ਹੱਥ ਤੁਸੀਂ ਦੇਖੇ ਹੋਊਗੇ ਇੱਦਾਂ ਕਰਕੇ ਡੈਡ ਲਿਫਟ, ਬਹੁਤ ਬਾਡੀ ਬਿਲਡਰਸ ਵੀ ਕਰਦੇ ਦੇਖੇ ਹੋਊਗੇ। ਕਨਵੈਨਸ਼ਨਲ ਡੈਡ ਲਿਫਟ ਕਰਨ ਵਾਸਤੇ ਉਸ ਲਈ ਸਾਨੂੰ ਗ੍ਰਿਪ ਕਿਹੜਾ ਹੋਣਾ ਚਾਹੀਦਾ? ਤੁਸੀਂ ਬਹੁਤ ਦੇਖੇ ਹੋਊਗੇ ਬਾਡੀ ਬਿਲਡਰਸ ਕਨਵੈਨਸ਼ਨਲ ਡੈਡ ਲਿਫਟ ਕਰਦੇ ਆ, ਜਾਂ ਪਾਵਰ ਲਿਫਟਰਸ ਜਾਂ ਸਟਰੋਂਗ ਮੈਨ ਜਿਹੜੇ ਲਿਫਟ ਕਰਦੇ ਆ, ਉਹ ਤੁਹਾਡਾ ਗ੍ਰਿਪ ਇੱਦਾਂ ਫੜਦੇ, ਠੀਕ ਹੈ, ਇੱਕ ਅੰਦਰੋਂ ਦੀ ਹੱਥ ਹੋਊਗਾ, ਇੱਕ ਬਾਹਰੋਂ ਦੀ ਹੋਊਗਾ ਨਾ, ਫਿਰ ਉਹ ਗ੍ਰਿਪ ਕਰਕੇ ਸਿੱਧਾ ਸਟ੍ਰੇਟ, ਹੈ ਨਾ। ਅਤੇ ਦੂਸਰਾ ਗ੍ਰਿਪ ਤੁਸੀਂ ਦੇਖਿਆ ਹੋਊਗਾ ਜ਼ਿਆਦਾ ਜਿਹੜਾ ਬਾਡੀ ਬਿਲਡਰਸ ਜਿਹੜੇ ਯੂਜ਼ ਕਰਦੇ ਆ, ਉਹ ਦੋਨੋਂ ਹੱਥ ਪ੍ਰੋਨੇਟਡ ਪਾਉਣਗੇ, ਮਤਲਬ ਇੱਦਾਂ ਅੰਦਰ ਨੂੰ, ਆਹ ਦੇਖੋ ਉਹ ਦੋਨੋਂ ਹੱਥ ਇੱਦਾਂ ਬਰਾਬਰ ਪਾਉਣਗੇ, ਤੁਸੀਂ ਇਹ ਦੇਖਿਓਗਾ, ਇਹ ਹੋਗਾ ਤੁਹਾਡਾ ਗ੍ਰਿਪ, ਠੀਕ ਹੈ। ਦੋਨੋਂ ਠੀਕ ਆ, ਬਟ ਮੇਰੇ ਅਕੋਰਡਿੰਗ ਪ੍ਰੋਨੇਟਡ ਗ੍ਰਿਪ ਜਿਹੜਾ ਤੁਹਾਡਾ ਆਹ ਗ੍ਰਿਪ ਆ, ਅੰਦਰ ਨੂੰ ਹੱਥ ਇਹ ਹੋਣਾ ਚਾਹੀਦਾ। ਕਿਉਂ ਇਹ ਕਿਉਂ ਹੋਣਾ ਚਾਹੀਦਾ? ਕਿਉਂਕਿ ਜਦੋਂ ਤੁਸੀਂ ਇੱਕ ਹੱਥ ਅੰਦਰ ਪਾ ਲੈਣੇ, ਇੱਕ ਆਊਟ ਪਾ ਲੈਣੇ ਬਾਹਰੋਂ ਦੀ, ਉਹਦੇ 'ਚ ਕੀ ਹੁੰਦਾ, ਆਹ ਮਸਲ ਗਰੁੱਪ ਤੁਹਾਡੇ ਫੋਰਆਰਮ ਦੇ ਬਾਈਸੈਪ ਦੇ ਮਸਲ ਕੰਮ ਕਰਨ ਲੱਗ ਜਾਂਦੇ, ਇਹਦੇ ਵਿੱਚ ਤੁਹਾਡੇ ਬਾਈਸੈਪ ਦੇ ਮਸਲ ਘੱਟ ਕੰਮ ਕਰਦੇ, ਸ਼ੋਲਡਰ ਬੈਕ ਕੰਮ ਕਰਦੇ, ਉਹਦੇ ਨਾਲ ਕੀ ਹੁੰਦਾ, ਤੁਹਾਡੀ ਬੈਕ ਆ ਜਿਹੜੀ ਉਹ ਇੱਦਾਂ ਕੰਮ ਕਰਦੀ, ਮਤਲਬ ਇੱਕ ਸਾਈਡ ਜ਼ਿਆਦੀ ਆ, ਦੂਸਰੀ ਸਾਈਡ ਘੱਟ ਆ, ਤਾਂ ਉਹਦੇ ਵਿੱਚ ਤੁਹਾਡੀ ਬੈਕ ਦੀ ਇੰਜਰੀ ਹੋਣ ਦੇ, ਮਸਲ ਪੁੱਲ ਹੋਣ ਦੇ, ਜਾਂ ਨਾੜ ਚੜ ਜਾਂਦੀ ਕਹਿ ਦਿੰਦੇ ਨਾ, ਨਾੜ ਚੜ ਗਈ ਮਸਲ ਪੇਨ ਕਰਨ ਲੱਗ ਗਿਆ, ਜਾਂ ਲੋਅਰ ਬੈਕ ਦੀ ਪ੍ਰੋਬਲਮ ਆ ਸਕਦੀ ਹੈ, ਠੀਕ ਹੈ। ਪਰ ਤੁਸੀਂ ਪ੍ਰੋਫੈਸ਼ਨਲ ਦੇਖੇ ਹੋਗੇ ਲਾਉਂਦੇ, ਉਹ ਈਜ਼ੀ ਲਗਾ ਲੈਂਦੇ ਆ, ਨਵੇਂ ਬੰਦੇ ਨੂੰ ਜਦੋਂ ਕਰੂਗੇ, ਬਿਗਨਰਸ ਕਰੂਗਾ, ਤਾਂ ਉਹਨੂੰ ਪ੍ਰੋਬਲਮ ਆ ਸਕਦੀ ਹੈ। ਦੂਜੀ ਗੱਲ, ਜਦੋਂ ਅਸੀਂ ਇੱਦਾਂ ਹੱਥ ਪਾਉਂਦੇ ਹਾਂ ਤਾਂ ਸਾਡੇ ਦੋਨੋਂ ਸਾਈਡ ਦੇ ਮਸਲ ਸੇਮ ਤਰੀਕੇ ਨਾਲ ਬਰਾਬਰ ਕੰਮ ਕਰਦੇ ਆ, ਤਾਂ ਉਹ ਜਦੋਂ ਬੈਕ ਤੁਹਾਡੀ ਡਿਵੈਲਪ ਹੋਊਗੀ, ਉਹ ਬਰੋਡ ਡਿਵੈਲਪ ਹੋਊਗੀ, ਅਤੇ ਦੋਨੋਂ ਸਾਈਡ ਦੇ ਮਸਲ ਤੁਹਾਡੇ ਸੇਮ ਸਿਮਿਟਰੀ ਹੋਊਗੀ, ਉਹਦੇ ਨਾਲ ਇਹ ਬੈਨੀਫਿਟ ਹੋਊਗਾ ਕਿ ਤੁਹਾਡੀ ਬੈਕ ਦੀ ਪਰਸਨੈਲਿਟੀ ਬਹੁਤ ਵਧੀਆ ਹੋ ਜਾਊਗੀ, ਦੋਨੋਂ ਸਾਈਡਾਂ ਬਰਾਬਰ ਆ, ਬੈਕ ਦੀ ਇੰਜਰੀ ਹੋਣ ਦੇ ਤਾਂ ਮਸਲ ਪੁੱਲ ਹੋਣ ਦੇ ਜਾਂ ਨਾੜ ਚੜ ਜਾਣ ਦੇ ਬਹੁਤ ਘੱਟ ਚਾਂਸ ਹੋਊਗੇ, ਠੀਕ ਹੈ। ਹੁਣ ਤੁਹਾਨੂੰ ਮੈਂ ਪਰਫੋਰਮ ਕਰਕੇ ਦੱਸੂਗਾ ਕਿ ਰਾਈਟ ਵੇ, ਸਹੀ ਤਰੀਕਾ, ਅਤੇ ਤੁਹਾਡਾ ਸਟਾਂਸ ਪਲੇਸਮੈਂਟ ਹੋਣੀ ਚਾਹੀਦੀ, ਉਹਦੀ ਜਿਹੜੀ ਦੂਰੀ ਨਾ ਆਪਣੀ, ਤੁਸੀਂ ਤੁਹਾਡੇ ਜਿਹੜੇ ਸ਼ੋਲਡਰ ਆ ਜਾਂ ਤੁਹਾਡੇ ਹਿੱਪ ਆ, ਇਹ ਚੌੜਾਈ ਤੋਂ ਥੋੜ੍ਹਾ ਜਿਹਾ ਇਦਾਂ ਵਾਈਡ ਤੁਹਾਡੇ ਫੁੱਟ ਪਲੇਸ ਕਰੂਗੇ, ਥੋੜ੍ਹਾ ਜਿਹਾ ਵਾਈਡ, ਓਕੇ, ਇਹਨੂੰ ਇੰਨਾ ਕਰ ਲਿਆ, ਠੀਕ ਹੈ। ਬਹੁਤ ਵਾਈਡ ਨਹੀਂ ਕਰਨਾ, ਬਹੁਤ ਕਲੋਜ਼ ਨਹੀਂ ਕਰਨਾ, ਨੋਰਮਲ ਕਰਕੇ, ਫਿਰ ਤੁਹਾਡੇ ਹੱਥ ਦੋਨੇ ਇਹ ਦੋਨੇ ਫੁੱਟ ਦੇ ਤੁਹਾਡੀ ਕਨਵੈਨਸ਼ਨਲ ਡੈਡ ਲਿਫਟ ਖਾਸ ਗੱਲਾਂ ਦਾ ਕੀ ਖਿਆਲ ਰੱਖਣਾ ਇਹਦੇ ਵਿੱਚ?
ਆਪਣੇ ਅਕੋਰਡਿੰਗ ਸੈੱਟ ਕਰ ਲਓ ਕਿਸੇ ਵੱਲ ਦੇਖ ਕੇ, ਵੇਟ ਨੂੰ ਵੱਧ ਜਾਂ ਘੱਟ ਨਹੀਂ ਕਰਨਾ, ਹੈਵੀ ਨਹੀਂ ਕਰਨਾ, ਜਿੰਨੀ ਤੁਹਾਡੀ ਕਪੈਸਿਟੀ ਹੈ ਉਨਾ ਵੇਟ ਚੱਕਣਾ। ਦੂਜੀ ਗੱਲ, ਹੱਥ ਬਰਾਬਰ ਪਾ ਕੇ ਜਦੋਂ ਤੁਸੀਂ ਵੇਟ ਨੂੰ ਲਿਫਟ ਕਰਨਾ, ਬੈਕ ਤੁਹਾਡੀ ਸਟੇਟ ਹੋਣੀ ਚਾਹੀਦੀ ਹੈ, ਨੰਬਰ ਇੱਕ। ਨੰਬਰ ਦੋ, ਜਦੋਂ ਤੁਸੀਂ ਲਿਫਟ ਕਰ, ਪਹਿਲੋਂ ਆਪਣਾ ਫਰੰਟ ਚੱਕੋਗੇ, ਫਿਰ ਲੈਗ ਫੇਸ ਸਟੇਟ ਕਰਨੀ, ਫਿਰ ਸ਼ੋਲਡਰ ਲੋਕ, ਦੈਨ ਸਲੋ ਡਾਊਨ। ਜਿੱਦਾਂ ਤੁਸੀਂ ਵੇਟ ਨੂੰ ਲਿਫਟ ਕਰਨਾ ਉਸੇ ਤਰ੍ਹਾਂ ਹੀ ਵਾਪਸ ਆਉਣਾ, ਜਿੱਦਾਂ ਉੱਪਰ ਜਾਣਾ ਉੱਦਾਂ ਹੀ ਥੱਲੇ ਆਉਣਾ, ਸਲੋ ਆਰਾਮ ਨਾਲ ਜਾਣਾ, ਕੰਟਰੋਲ ਫਿਰ ਲੈ ਗਿਆ, ਠੀਕ ਹੈ। ਜਦੋਂ ਤੁਸੀਂ ਮਸਲ ਡਿਵੈਲਪ ਕਰਦੇ ਹਾਂ, ਅਤੇ ਜੇ ਹੈਵੀ ਵੀ ਤੁਸੀਂ ਡੈਡ ਲਿਫਟ ਲਾ ਰਹੇ ਹਾਂ, ਹੈਵੀ ਡੈਡ ਲਿਫਟ ਵਿੱਚ ਵੀ ਮਿਨੀਮਮ 8-10 ਰੈਪੀਟੀਸ਼ਨ ਤੁਹਾਡੇ ਹੋਣੇ ਚਾਹੀਦੇ, ਇਸ ਤੋਂ ਘੱਟ ਨਹੀਂ। ਇਸ ਤੋਂ ਘੱਟ ਵੀ ਜੇ ਤੁਸੀਂ ਕਰੋਗੇ ਉਹ ਪਾਵਰ ਵਿੱਚ ਆਜੂਗਾ, ਉਹਦੇ ਵਿੱਚ ਮਸਲ ਗਰੋਥ ਨਹੀਂ, ਉਹਦੇ ਵਿੱਚ ਪਾਵਰ ਤੁਹਾਡੀ ਇਨਕਰੀਜ਼ ਹੋਊਗੀ, ਪਾਵਰ ਵਧੂ। ਬੋਡੀ ਬਿਲਡਿੰਗ ਵਾਸਤੇ ਜਾਂ ਮਸਲ ਡਿਵੈਲਪ ਕਰਨੇ ਆ, ਤੁਸੀਂ ਗਰੋਥ ਕਰਨੀ ਆ, ਤਾਂ ਇਹ ਹੀ ਡੈਡ ਲਿਫਟ ਤੁਸੀਂ ਯੂਜ਼ ਕਰੋਗੇ ਜਿਮ ਦੇ ਵਿੱਚ ਪ੍ਰੋਪਰ ਵੇ ਦੇ ਨਾਲ, ਕੋਈ ਗਲਤੀ ਨਾ ਕਰਿਓ ਬਹੁਤ ਹੈਵੀ ਲਿਫਟ ਨਾਲ। ਵਿੱਚ ਡੈਡ ਲਿਫਟ ਵਿੱਚ ਕੀ ਹੈ, ਜਦੋਂ ਤੁਹਾਡੇ ਪ੍ਰੋਬਲਮ ਆਉਣੀ ਹੈ ਇੰਸਟੈਂਟ ਉਸੇ ਵੇਲੇ ਆ ਜਾਣੀ, ਤੁਹਾਡੀ ਬੈਕ ਜਾਂ ਡਿਸਕ ਦੀ ਕੋਈ ਵੀ ਪ੍ਰੋਬਲਮ ਆ ਸਕਦੀ ਹੈ, ਬੜੀ ਪ੍ਰੋਪਰ ਗਾਈਡੈਂਸ ਦੇ ਵਿੱਚ। ਗਲਤ ਤਰੀਕੇ ਡੈਡ ਲਿਫਟ ਦਾ ਤੁਸੀਂ ਬਹੁਤ ਫੇਮਸ ਉਹਦਾ ਡਾਇਲੋਗ ਵੀ ਸੁਣਿਆ ਹੋਊਗਾ ਕਿ ਡੈਡ ਲਿਫਟ ਕਰਨੀ ਹੈ ਤਾਂ ਜੇ ਤੁਹਾਡਾ ਕੋਈ ਇਹਦੇ ਨਾਲ ਮਤਲਬ ਨਹੀਂ ਤਾਂ ਇਹ ਤੁਹਾਡੀ ਜਾਨ ਵੀ ਲੈ ਸਕਦੀ, ਠੀਕ ਹੈ। ਇਸ ਕਰਕੇ ਇਹਨੂੰ ਬਹੁਤ ਧਿਆਨ ਦੇ ਨਾਲ ਕੇਅਰਫੁਲੀ ਸੈੱਟ ਹੋਊਗੇ 4-5, ਜਾਂ ਤਾਂ ਇਹਨੂੰ ਬਿਲਕੁਲ ਲਾਸਟ ਵਿੱਚ ਬੈਕ ਦੀ ਐਕਸਰਸਾਈਜ਼ ਦੇ ਲਾਸਟ ਵਿੱਚ ਲਗਾਓ, ਅਤੇ ਜਾਂ ਫਿਰ ਸਟਾਰਟਿੰਗ ਵਿੱਚ ਲਾਓ। ਸਟਾਰਟਿੰਗ ਵਿੱਚ ਜੇ ਲਾਓਗੇ ਤਾਂ ਫਿਰ ਤੁਹਾਨੂੰ ਮਤਲਬ ਬਾਕੀ ਐਕਸਰਸਾਈਜ਼ ਲਾਉਣ ਵਿੱਚ ਥੋੜ੍ਹਾ ਥਕਾਵਟ ਮਹਿਸੂਸ ਹੋਊਗੀ, ਨਾਲੇ ਸਟਾਰਟਿੰਗ ਵਿੱਚ ਵਾਰਮ ਅਪ ਜ਼ਿਆਦਾ ਕਰਨਾ ਪਊਗਾ। ਇਸ ਕਰਕੇ ਸਭ ਤੋਂ ਲਾਸਟ ਵਿੱਚ ਲਾਓ ਇਹਨੂੰ 4-5 ਸੈੱਟ, 10-15 ਰੈਪੀਟੀਸ਼ਨ, ਸਟੈਪ ਬਾਈ ਸਟੈਪ ਵਧਾਓ ਹਰ ਸੈੱਟ ਦੇ ਵਿੱਚ। ਵੇਟ ਇਨਕਰੀਜ਼ ਕਰੋ, ਵੇਟ ਇਨਕਰੀਜ਼ ਕਰਕੇ ਰੈਪੀਟੀਸ਼ਨ ਡਿਕਰੀਜ਼ ਕਰੋ, ਜਿੱਦਾਂ 15-12, ਫਿਰ 12-10-8 ਰੈਪੀਟੀਸ਼ਨ, ਇੱਦਾਂ ਵੇਟ ਹੌਲੀ ਹੌਲੀ ਕਰਕੇ 20-20 ਕਿਲੋ ਜਾਂ 10-10 ਕਿਲੋ ਕਰਕੇ ਇਨਕਰੀਜ਼ ਕਰੋ। ਅਤੇ ਆਪਣੀ ਬੈਕ ਦਾ ਖਿਆਲ ਰੱਖੋ, ਸਪੋਰਟ ਬੈਲਟ ਨੂੰ ਯੂਜ਼ ਕਰੋ ਜੇ ਤੁਸੀਂ ਹੈਵੀ ਕਰ ਰਹੇ ਹੋ, 100-100 ਕਿਲੋ ਤੋਂ ਵੱਧ ਲੋਡ ਤੁਸੀਂ ਲਿਫਟ ਕਰ ਰਹੇ ਹੋ ਤਾਂ ਬੈਲਟ ਨੂੰ ਜ਼ਰੂਰ ਯੂਜ਼ ਕਰੋ। ਰਸ਼ੀਅਨ ਡੈਡ ਲਿਫਟ ਜਿਹਨੂੰ ਕਹਿ ਦਿੰਦੇ ਆ, ਲੈਗ ਵਾਸਤੇ ਵਰਕਆਊਟ ਆ ਉਹ, ਨੈਕਸਟ ਵੀਡੀਓ ਵਿੱਚ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਵੀ ਕਿੱਦਾਂ ਉਹਨੂੰ ਪਰਫੋਰਮ ਕਰਨਾ, ਕਿਹੜਾ ਸਹੀ ਤਰੀਕਾ ਉਹਦਾ ਲਗਾਉਣ ਦਾ, ਕਿੰਨੇ ਰੈਪੀਟੀਸ਼ਨ ਹੈ, ਕਿੰਨੇ ਸੈੱਟ ਆ, ਕੀ ਸਾਰਾ ਕੁਝ। ਅੱਜ ਵਾਸਤੇ ਇਹ ਹੀ ਹੈ, ਕਿਸੇ ਨੂੰ ਨਹੀਂ ਸਮਝ ਲੱਗੀ ਜਾਂ ਇਸ ਤੋਂ ਇਲਾਵਾ ਵੀ ਕੋਈ ਇਨਕੁਆਇਰੀ ਦੀ ਉਹਨੂੰ ਜ਼ਰੂਰਤ ਆ ਜਾਂ ਇਨਕੁਆਇਰੀ ਹੋਰ ਹੈਗੀ ਤੁਹਾਡੇ ਕੋਲ, ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ, ਠੀਕ ਹੈ ਜੀ। ਅੱਜ ਲਈ ਇੰਨਾ ਹੀ, ਥੈਂਕ ਯੂ ਸੋ ਮੱਚ।